ਜੀ ਪੰਜਾਬ ਹਰਿਆਣਾ ਹਿਮਾਚਲ ਦੀ ਸਿਆਸੀ ਲਾਰੀ ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਪਹੁੰਚ ਚੁੱਕੀ ਹੈ। ਖਾਸ ਤੌਰ 'ਤੇ ਪਟਿਆਲਾ ਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਉੱਥੇ ਹੀ ਇਸ ਲੋਕ ਸਭਾ ਹਲਕੇ ਦੇ ਅੰਤਰਗਤ ਆਉਂਦੇ 9 ਵਿਧਾਨ ਸਭਾ ਹਲਕਿਆਂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਹੋ ਜਾਂਦਾ। ਪਟਿਆਲਾ ਦਾ ਇੱਕ ਵਿਧਾਨ ਸਭਾ ਇਲਾਕਾ ਘਨੌਰ ਵੀ ਹੈ, ਜਿਸ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ 2022 ਦੀਆਂ ਵਿਧਾਨ ਸਭਾ ਚੋਣਾਂ ਜਿੱਤੇ ਸਨ, ਵਿਧਾਇਕ ਬਣੇ ਸਨ। ਪਰ ਇਸ ਵਾਰ ਉੱਥੋਂ ਦੇ ਲੋਕਾਂ ਦਾ ਕੀ ਕਹਿਣਾ, ਸਿਆਸੀ ਲਾਰੀ ਦੇ ਵਿੱਚ ਗੱਲਬਾਤ ਕਰਾਂਗੇ। ਅਤੇ ਪਟਿਆਲਾ ਸ਼ਹਿਰ ਤੋਂ ਘਨੌਰ ਵੱਲ ਨੂੰ ਇਹ ਸਿਆਸੀ ਲਾਰੀ ਹੈ ਉਹ ਸ਼ੁਰੂ ਹੋ ਚੁੱਕੀ ਹੈ। ਗੱਲਬਾਤ ਸ਼ੁਰੂਆਤ ਜੋ ਡਰਾਈਵਰ ਬਾਈ ਤੋਂ ਕਰਾਂਗੇ, ਮਸਲੇ ਮੁਸਲੇ ਹੱਲ ਹੋਏ ਆ ਜਾਂ ਆਸੇ ਪਾਸੇ ਤੁਸੀਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹੋਵੋਗੇ, ਸਰਕਾਰਾਂ ਚੰਗੀਆਂ ਨੇ ਮੰਦੀਆਂ ਨੇ ਕਿਵੇਂ ਦੇ ਲੱਗਦੇ ਨੇ? ਨਹੀਂ ਜੀ, ਕੁਝ ਸਹੀ ਵੀ ਹੈ ਕੁਝ ਗਲਤ ਵੀ ਹੈ ਜੀ। ਵੋਟ ਪਾਉਣ ਦੀ ਤਿਆਰੀ ਫਿਰ ਐਤਕੀ? ਹਾਂਜੀ, ਕਈ ਕਹਿੰਦੇ ਸਾਰੇ ਲੀਡਰ ਸਾਨੂੰ ਪਸੰਦ ਨਹੀਂ, ਅਸੀਂ ਤਾਂ ਨੋਟਾਂ ਵਾਲੇ ਪਾਸੇ ਨੂੰ ਜਾਵਾਂਗੇ। ਨਹੀਂ ਜੀ, ਇਹ ਨਹੀਂ ਗੱਲ, ਲੀਡਰ ਤਾਂ ਪਸੰਦ ਹੈਗੇ ਕਿ ਵਿੱਚੋਂ ਵਿੱਚੋਂ? ਹਾਂਜੀ। ਦੇਖੋ ਹੋਰ ਵੀ ਗੱਲਬਾਤ ਕਰਾਂਗੇ ਕਿ ਮਸਲੇ ਕਿਹੜੇ ਰਹਿਣ ਵਾਲੇ ਆ। ਕੰਡਕਟਰ ਬਾਈ ਵੀ ਸਾਡੇ ਨਾਲ ਮੌਜੂਦ ਆ। ਬਾਈ ਕੀ ਨਾਮ ਆ ਤੁਹਾਡਾ? ਚਮਕੌਰ ਸਿੰਘ ਜੀ। ਕਿਹੜੇ ਇਲਾਕੇ 'ਚ ਰਹਿਣ ਵਾਲੇ ਹੋ? ਹਲਕਾ ਸਨੌਰ ਜੀ। ਕਹਿੰਦੇ ਕੰਡਕਟਰ ਜਿੰਨਾ ਟਾਈਮ ਸਿਟੀ ਨਾ ਮਾਰੇ ਲਾਰੀ ਅੱਗੇ ਨਹੀਂ ਵੱਧਦੀ, ਐਤਕੀ ਲਾਰੀ ਕੀ ਕਹਿੰਦੀ ਹੈ? 24 ਦੀਆਂ ਚੋਣਾਂ ਆ ਗਈਆਂ ਨੇ, ਲਾਰੀ ਕੀ ਕਹਿੰਦੇ, ਲੋਕ ਕੀ ਕਹਿ ਰਹੇ ਆ? ਕਹਿੰਦੇ ਜੀ ਸਰਕਾਰ ਕਹਿੰਦੇ ਕੰਮਾਂ ਦੇ ਖਰੀ ਨਹੀਂ ਉਤਰੀ ਹੈਗੀ, ਮਸਲੇ ਮਸਲੇ ਹੱਲ ਘੱਟ ਹੀ ਹੋਏ ਕਹਿੰਦੇ। ਨਹੀਂ ਜੀ ਨਹੀਂ ਹੋਏ, ਆਊਟਸੋਰਸ ਸਿਸਟਮ ਚੱਲਦਾ ਉਵੇਂ ਹੀ ਹੈ ਸਾਰਾ ਕੁਛ। ਐਤਕੀ ਫਿਰ ਵੋਟ ਪਾਉਣ ਦੀ ਤਿਆਰੀ ਹੈਗੀ ਹੈ? ਹਾਂਜੀ ਹਾਂਜੀ। ਮੁੱਦੇ ਕਿਹੜੇ ਰਹਿਣ ਵਾਲੇ ਆ, ਕਿ ਕਿਹੜੇ ਮੁੱਦੇ ਦੇਖ ਕੇ ਤੈਅ ਕਰੋਗੇ ਕਿ ਇਸ ਨੂੰ ਵੋਟ ਪਾਉਣੀ ਹੈ, ਕਿ ਪਿਛਲੇ ਮਸਲੇ ਹੱਲ ਹੋਏ ਜਾਣੀ ਜਾਂ ਕੋਈ ਹੋਰ ਮੁੱਦੇ ਵੀ ਹੈ? ਨਹੀਂ ਜੀ, ਹਲੇ ਕੋਈ ਮਸਲਾ ਹੱਲ ਨਹੀਂ ਹੋਇਆ, ਹਲੇ ਉਵੇਂ ਹੀ ਆਊਟਸੋਰਸ ਸਿਸਟਮ ਚੱਲਦਾ। ਉਹ ਪਹਿਲਾਂ ਸਰਕਾਰਾਂ ਲਾਰੇ ਲਾਈ ਜਾਂਦੀਆਂ, ਇਹ ਵੀ ਲਾਉਂਦੇ ਸੀਗੇ, ਇਹਨਾਂ ਦਾ ਵੀ ਇਹੀ ਹੈ, ਅੱਗੇ ਦੇਖੋ ਜੀ ਹੁਣ। ਤਾਂ ਬਿਲਕੁਲ ਦੇਖੋ, ਪਵਿੱਤ ਮੇਰੇ ਨਾਲ, ਮੇਰੇ ਸਹਿਯੋਗੀ ਪਵਿੱਤ ਵੀ ਜੁੜੇ ਹੋਏ ਨੇ। ਪਵਿੱਤ, ਓਵਰ ਟੂ ਯੂ। ਜੀ ਬਿਲਕੁਲ, ਦੇਖੋ ਇਲੈਕਸ਼ਨਸ ਦਾ ਡੰਕਾ ਵੱਜ ਚੁੱਕਿਆ, ਜੀ ਪੰਜਾਬ ਹਰਿਆਣਾ ਹਿਮਾਚਲ ਦੀ ਜਿਹੜਾ ਲਾਰੀ ਨਿਕਲ ਚੁੱਕੀ ਹੈ, ਤੇ ਕੀ ਕੁਝ ਕਹਿੰਦੀ ਹੈ ਚੋਣ ਲਾਰੀ, ਲੋਕੀ ਦੇ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ? ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਮੈਂ ਘਨੌਰ। ਤੇ ਕਿਵੇਂ ਦੇਖ ਰਹੇ ਹੋ ਇਸ ਵਾਰੀ ਇਲੈਕਸ਼ਨ ਦਾ ਮਾਹੌਲ, ਕਿਹੋ ਜਿਹਾ ਬਣਿਆ ਹੋਇਆ ਹੈ? ਮਾਹੌਲ ਤਾਂ ਠੀਕ ਬਣਿਆ ਹੋਇਆ। ਠੀਕ ਬਣਿਆ ਹੋਇਆ? ਹਾਂਜੀ। ਤੇ ਕੀ ਲੱਗਦਾ ਸਰਕਾਰਾਂ ਆਪਣੇ ਵਾਅਦੇ ਤੇ ਪੂਰੀ ਉਤਰੀਆਂ ਨੇ? ਪਿਛਲੀ ਵਾਰ ਜੋ ਇਲੈਕਸ਼ਨ ਦੇ ਵਿੱਚ ਵਾਅਦੇ ਹੋਏ ਸੀ, ਕਿੰਨੇ ਕੁ ਇਲੈਕਸ਼ਨ ਦੇ ਵਿੱਚ ਵਾਅਦੇ ਜਿਹੜੇ ਪੂਰੇ ਹੋਏ ਨੇ? ਬਾਈ ਕੁਝ ਵਾਅਦੇ ਪੂਰੇ ਹੋਏ ਵੀ ਆ, ਕੁਝ ਰਹਿ ਵੀ ਰਹੇ ਆ ਇਤਨੇ। ਹਾਂ, ਤੇ ਇਸ ਵਾਰੀ ਇਲੈਕਸ਼ਨ ਦੇ ਵਿੱਚ ਜਦੋਂ ਵੋਟ ਪਾਉਣ ਜਾਓਗੇ, ਕੀ ਕੁਝ ਮੁੱਦਿਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਵੋਟ ਪਾਓਗੇ ਆਪਣੇ? ਬਸ ਦੇਖੋ ਜੀ, ਜਿਹੜੇ ਰਹਿ ਗਏ ਉਹਨਾਂ ਨੂੰ ਵਾਅਦਿਆਂ ਨੂੰ ਪੂਰੇ ਕਰਾਂਗੇ, ਕਹਿੰਗੇ ਵੀ ਪੂਰੇ ਕਰੋ। ਕੀ ਕੁਝ ਉਮੀਦਾਂ ਨੇ ਤੁਹਾਡੀ ਸਰਕਾਰਾਂ ਤੋਂ, ਕਿਹੋ ਜਿਹੜੇ ਚੀਜ਼ਾਂ ਨੇ ਉਹਨਾਂ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ? ਮੈਂ ਉਮੀਦਾਂ ਤਾਂ ਜੀ ਹੈ ਆ ਵੀ ਬਾਕੀ ਕੰਮ ਕਾਰ ਜਿਹੜਾ ਰਹਿ ਗਿਆ ਉਹ ਪੂਰਾ ਕਰਾਂ ਜੀ। ਹਾਂ, ਤੇ ਹੋਰ ਵੀ ਲੋਕ ਇੱਥੇ ਮੌਜੂਦ, ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆ। ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ? ਸਿਸਟਾਪੁਰ ਦੇ ਰਹਿਣ ਵਾਲੇ ਜੀ। ਤੇ ਵੋਟ ਪਾਉਣ ਜਾਂਦੇ ਹੋ ਹਰ ਵਾਰੀ? ਹਾਂਜੀ ਮੈਮ, ਜਾਂਦੇ ਹਾਂ। ਤੇ ਪਿਛਲੀ ਵਾਰ ਜਿਵੇਂ ਵੋਟ ਪਾਇਆ ਸੀ, ਜੋ ਉਮੀਦਾਂ ਸੀਗੀਆਂ ਸਰਕਾਰਾਂ ਤੋਂ ਪੂਰੀ ਹੋਈਆਂ ਨੇ, ਉਹ ਵਾਅਦੇ ਪੂਰੇ ਕੀਤੇ ਨਾ ਸਰਕਾਰਾਂ ਨੇ? ਮੈਡਮ ਕੋਈ ਸਰਕਾਰ ਵਿੱਚ ਕੁਛ ਰਹਿ ਵੀ ਰਹੇ ਵਾਅਦੇ ਜੀ? ਜੀ ਹਾਂਜੀ। ਤੇ ਜ਼ਰੂਰ ਕਿਹਾ ਜਾਂਦਾ ਹੈ ਕਿ ਜੋ ਘਰ ਦੀ ਜੋ ਜ਼ਿੰਮੇਵਾਰੀ ਹੁੰਦੀ ਹੈ ਉਹ ਔਰਤ ਦੀ ਹੁੰਦੀ ਹੈ, ਤੇ ਤੁਹਾਨੂੰ ਲੱਗਦਾ ਹੈ ਕਿ ਕਿਚਨ ਦੇ ਵਿੱਚ, ਰਸੋਈ ਦੀ ਅਗਰ ਅਸੀਂ ਗੱਲ ਕਰੀਏ, ਤੇ ਰਸੋਈ ਦੇ ਵਿੱਚ ਕੁਝ ਮਦਦ ਜਿਹੜੀ ਉਹ ਸਰਕਾਰਾਂ ਨੇ ਕੀਤੀ ਹੈ? ਮੈਮ ਹਾਂਜੀ, ਬਸ ਕਣਕ ਮਿਲਦੇ ਜੀ, ਹੋਰ ਤਾਂ ਨਹੀਂ ਮਿਲਿਆ ਕੁਛ ਵੀ ਜੀ। ਕੁਛ ਵੀ ਨਹੀਂ? ਕਿਹਾ ਜਾਂਦਾ ਹੈ ਕਿ LPG ਸਿਲੰਡਰ ਜਿਹੜੀ ਹੈ ਔਰਤਾਂ ਦੇ ਲਈ, ਹਰ ਵਾਰੀ ਜਦੋਂ ਵੁਮੈਨਸ ਡੇ ਆਉਂਦਾ ਹੈ ਤੇ ਉਦੋਂ ਜਿਹੜਾ ਸਿਲੰਡਰ ਦੇ ਜੋ ਰੇਟਸ ਨੇ ਉਹ ਘੱਟ ਕਰ ਦਿੱਤੇ ਜਾਂਦੇ ਨੇ, ਕੀ ਕਹਿੰਦੇ ਨੇ ਇਸ ਵਾਰੀ LPG ਸਿਲੰਡਰ ਦੇ ਰੇਟਸ ਫਿਰ? ਮੈਮ ਹੁਣ ਤਾਂ ਜੀ 800 ਪਤਾ ਨਹੀਂ ਕਿੰਨੇ ਕਾ 12 ਦਾ ਜੀ। ਜੀ ਹਾਂਜੀ ਹਾਂਜੀ, 812 ਰੁਪਏ ਸਿਲੰਡਰ। ਤੇ ਇਸ ਵਾਰੀ ਕੀ ਕੁਛ ਉਮੀਦਾਂ ਨੇ ਜਦੋਂ ਵੋਟ ਪਾਉਣ ਜਾਓਗੇ, ਕੀ ਕੁਛ ਉਮੀਦਾਂ ਨੇ ਸਰਕਾਰਾਂ? ਮੈਂ ਉਮੀਦਾਂ ਦਾ ਸਰਕਾਰ ਨੂੰ ਜੀ, ਗਰੀਬਾਂ ਦੀ ਮਦਦ ਕਰਨੀ ਚਾਹੁੰਦੀ ਹੈ ਜੀ, ਕਹਿੰਦੇ ਇਸਾ ਦਿਹਾੜੀਦਾਰ ਬੰਦੇ ਆ ਜੀ, ਕਹਿੰਦੇ ਮਿਹਨਤੀ ਬੰਦੇ ਆ, ਮਜ਼ਦੂਰੀ ਜੀ। ਬਿਲਕੁਲ, ਨੌਜਵਾਨ ਵੀ ਸਾਡੇ ਨਾਲ ਮੌਜੂਦ ਨੇ। ਕੀ ਨਾਮ ਹੈ ਬੇਟਾ ਤੁਹਾਡਾ? ਮਨਪ੍ਰੀਤ ਜੀ। ਤੇ ਹਜੇ ਹਲੇ ਤੱਕ ਵੋਟ ਪਾਈ ਹੈ ਕਦੇ? ਨਹੀਂ ਮੈਮ, ਹਲੇ ਤੱਕ ਵੋਟ ਬਣੀ ਨਹੀਂ। ਹਾਂਜੀ।
ਕਮਲ ਦੇਖੋ, ਅਸੀਂ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ, ਔਰਤਾਂ ਦੇ ਨਾਲ ਵੀ ਗੱਲਬਾਤ ਕੀਤੀ, ਸਾਰਿਆਂ ਦੇ ਮੁੱਦੇ ਕੁਛ ਕੁਛ ਅਲੱਗ ਨੇ, ਤੁਸੀਂ ਵੀ ਕੈਰੀ ਔਨ ਕਰੋ, ਦੇਖੋ ਕੀ ਕੁਛ ਕਹਿੰਦੇ ਨੇ। ਬਿਲਕੁਲ ਬਿਲਕੁਲ ਭਵਿਸ਼, ਦੇਖੋ ਜਿਸ ਤਰੀਕੇ ਦੇ ਨਾਲ ਸਿਆਸੀ ਲਾਰੀ ਭਰ ਰਹੀ ਆ, ਲੋਕਾਂ ਦਾ ਰਸ਼ ਦਿਖਾਈ ਦੇ ਰਿਹਾ, ਮੈਨੂੰ ਲੱਗਦਾ ਇਸੇ ਤਰ੍ਹਾਂ ਹੀ 1 ਜੂਨ ਨੂੰ ਲੋਕਾਂ ਨੇ EVM ਵਾਲੀਆਂ ਮਸ਼ੀਨਾਂ ਵੋਟਾਂ ਪਾ ਪਾ ਕੇ ਭਰਨੀਆਂ। ਪਰ ਮੁੱਦੇ ਕਿਹੜੇ ਹੋਣਗੇ ਮੈਡਮ? ਤੁਹਾਡਾ ਕੀ ਨਾਮ ਹੈ? ਨਿਸ਼ਾ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਅਸੀਂ ਘਨੌਰ ਦੇ ਰਹਿਣ ਵਾਲੇ ਹਾਂ। ਘਨੌਰ ਦੇ ਰਹਿਣ ਵਾਲੇ, ਕੀ ਕਹਿੰਦਾ ਘਨੌਰ ਦਾ ਸਿਆਸੀ ਮੂਡ, ਕੀ ਕਹਿੰਦਾ? ਪਿਛਲੇ ਸਮੇਂ ਦੇ ਵਿੱਚ ਕੰਮ ਕੁੰਮ ਹੋਏ ਆ ਜਾਂ ਨਹੀਂ ਹੋਏ? ਹਾਂਜੀ, ਕੁਝ ਹੋਏ ਆ, ਕੁਝ ਨਹੀਂ ਹੋਏ ਹੈਗੇ। ਹਾਂਜੀ, ਪਰ ਸਰਕਾਰਾਂ ਤਾਂ ਆਪਣੀ ਫਾਇਦਾ ਕਰਦੀਆਂ, ਲੋਕਾਂ ਦਾ ਫਾਇਦਾ ਘੱਟ ਕਰਦੀਆਂ। ਹਾਂਜੀ, ਹੁਣ ਤਾਂ ਲੋਕਾਂ ਦੇ ਵਿੱਚ ਹੈ ਕਿ ਲੋਕਾਂ ਨੂੰ ਕਹਿਣਗੇ ਅਸੀਂ ਤੁਹਾਡੇ ਫਾਇਦੇ ਵਾਸਤੇ ਆਏ ਹਾਂ, ਸਵਾਲ ਜਵਾਬ ਹੋਣਗੇ। ਹਾਂਜੀ ਹਾਂਜੀ ਹੋਣਗੇ, ਦੇਖੋ ਸਾਡੇ ਵਿੱਚ ਜਿੰਨੇ ਵੀ ਐਗਰੇਸ਼ਨ ਕਰ ਰਹੇ ਹੋ ਘਰੇ ਬੈਠੇ ਹੈ, ਕਿਸੇ ਨੂੰ ਨੌਕਰੀ ਨਹੀਂ, ਕਿਸੇ ਨੂੰ ਪਿੰਡ ਜਾ ਕੇ ਦੇਖ ਲਓ ਤੁਸੀਂ, ਉਹੀ ਹਾਲ ਹੈ। ਮਤਲਬ ਕਿ ਪਹਿਲਾਂ ਤੋਂ ਅੱਧੋ ਤਾਂ ਫਰਕ ਪਿਆ, ਪਰ ਅੱਧੋ ਪਿਆ ਨਹੀਂ ਹੈਗਾ। ਘਰ ਦੀ ਇੱਕ ਜਿਹੜੀ ਔਰਤ ਹੁੰਦੀ ਆ, ਉਹ ਤੇ ਬਜਟ ਹੁੰਦਾ ਕਿ ਤੂੰ ਘਰ ਦਾ ਪੂਰਾ ਖਰਚਾ ਚਲਾਉਣਾ, ਤੁਸੀਂ ਖਰਚਾ ਐਤਕੀ ਕੋਈ ਖਰਚਾ ਹਿਸਾਬ ਤਾਂ ਫਿਰਦਾ ਤਾਂ ਨਹੀਂ ਨਜ਼ਰ ਆਉਂਦਾ, ਮਹਿੰਗਾਈ ਵਧੀਆ ਘਟੀ ਆ? ਨਹੀਂ, ਮਹਿੰਗਾਈ ਤਾਂ ਵਧੀ ਹੈ, ਮਹਿੰਗਾਈ ਤਾਂ ਹੈਗੀ, ਵਧੀ ਹੋਈ। ਬਜਟ ਹਿੱਲਿਆ ਕਈ ਵਾਰੀ? ਫਿਰ ਹਲਕਾ ਫੁਲਕਾ, ਪਰ ਇੰਨਾ ਨਹੀਂ ਹੈਗਾ ਜੀ। ਜ਼ਿਆਦਾ ਫਰਕ ਨਹੀਂ ਪਿਆ? ਨਹੀਂ ਜੀ, ਜ਼ਿਆਦਾ ਫਰਕ ਨਹੀਂ ਪਿਆ। ਨੌਕਰੀਆਂ ਨੌਕਰੀਆਂ ਕਿੰਨੀਆਂ ਕੁ ਮਿਲ ਗਈਆਂ? ਜੇ ਪਿੰਡਾਂ 'ਚ ਗੱਲ ਕੀਤੀ, ਪਿੰਡਾਂ 'ਚ ਤਾਂ ਆਂਢ ਗੁਆਂਢ ਵੀ ਗੱਲਬਾਤ ਚੱਲਦੀ ਰਹਿੰਦੀ ਵੀ ਫਲਾਣੇ ਦਾ ਮੁੰਡਾ ਕੁੜੀ ਨੌਕਰੀ ਲੱਗ ਗਏ, ਕਿੰਨੀਆਂ ਕੁ ਨੌਕਰੀਆਂ ਮਿਲ ਗਈਆਂ? ਹਾਂਜੀ, ਦੇਖੋ ਅਸੀਂ ਐਵੇਂ ਨਹੀਂ ਕਹਿੰਦੇ ਵੀ ਨਹੀਂ ਲੱਗੇ, ਲੱਗੇ ਵੀ ਹੈਗੇ ਆ, ਪਰ ਜਿਹਨਾਂ ਨੂੰ ਜ਼ਰੂਰਤ ਆ ਉਹ ਤਾਂ ਘਰੀ ਬੈਠੇ ਹੈ, ਸਿਫਾਰਸ਼ਾਂ 'ਚ ਕੰਮ ਥੋੜ੍ਹਾ ਜ਼ਿਆਦਾ ਚੱਲਦਾ ਹੈ। ਅਸੀਂ ਤਾਂ ਇਹੀ ਕਹੇਂਗੇ ਸਰਕਾਰ ਨੂੰ, ਬੇਨਤੀ ਕਰਦੇ ਹਾਂ, ਕੋਈ ਵੀ ਸਰਕਾਰ ਬਣੇ, ਬੱਚਿਆਂ ਦਾ ਕੋਈ ਵੀ ਦੇਖੋ ਵੀ ਸਾਨੂੰ ਕੀ ਕਰਨਾ ਹੈ ਨਾ, ਵੀ ਹੋਣਾ ਚਾਹੀਦਾ, ਪਿੰਡਾਂ 'ਚ ਵੀ ਦੇਖੋ, ਸ਼ਹਿਰਾਂ 'ਚ ਵੀ ਦੇਖੋ, ਬੱਚਿਆਂ 'ਤੇ ਵੀ ਦੇਖਣਾ ਚਾਹੀਦਾ ਹੈ। ਮੈਡਮ ਹੋਰਾਂ ਨਾਲ ਵੀ ਗੱਲਬਾਤ ਕਰਾਂਗੇ। ਮੈਡਮ ਕੀ ਨਾਮ ਹੈ ਤੁਹਾਡਾ? ਅਮਨਾ। ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਲਾਛੜੂ, ਘਨੌਰ। ਪਿੰਡ ਲਾਛੜੂ, ਘਨੌਰ। ਘਨੌਰ ਦੇ ਰਹਿਣ ਵਾਲੇ ਹੋ, ਕੀ ਕਹਿੰਦਾ ਨੌਜਵਾਨ? ਸਿਆਸਤ ਦੇ ਵਿੱਚ ਕਹਿੰਦੇ ਇੱਕ ਬਹੁਤ ਵੱਡਾ ਧੁਰਾ ਮੰਨਿਆ ਜਾਂਦਾ, ਕੀ ਕਹਿੰਦਾ ਨੌਜਵਾਨਾਂ ਦਾ ਮੂਡ, ਕੀ ਕਹਿੰਦਾ ਸਿਆਸਤ ਨੂੰ ਲੈ ਕੇ? ਜਿਵੇਂ ਦੀ ਸਰਕਾਰ ਚਾਹੀਦੀ ਹੈ ਉਵੇਂ ਦੀ ਹੈ ਨਹੀਂ, ਬਿਕੋਜ਼ ਕਿ ਸਰਕਾਰ ਹੈ ਜਿਹੜੀ ਉਹ ਫ੍ਰੀ ਦੀ ਚੀਜ਼ਾਂ ਦਿੰਦੀ ਹੈ, ਅਤੇ ਉਹਨਾਂ ਦੇ ਪਿੱਛੇ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਯੂਥ ਨੂੰ ਡਿਵੈਲਪਮੈਂਟ ਦੀ ਅਤੇ ਆਤਮ ਨਿਰਭਰ ਦੀ ਉਹ ਬਣਾਵੇ, ਨਾ ਕਿ ਫ੍ਰੀ ਦੀ ਚੀਜ਼ਾਂ ਦੇ ਲਾਰੇ 'ਤੇ ਪਿੱਛੇ ਲਾਵੇ, ਕਿਉਂਕਿ ਜਿਹੜੇ ਨੌਜਵਾਨ ਨੇ ਉਹੀ ਆਪਣਾ ਅੱਗੇ ਦਾ ਕੱਲ੍ਹ ਹੈ, ਅਤੇ ਉਹਨਾਂ ਨੂੰ ਆਤਮ ਨਿਰਭਰ ਬਣਾਵੇ, ਨਾ ਕਿ ਫ੍ਰੀ ਦੀ ਚੀਜ਼ਾਂ ਦੇ ਪਿੱਛੇ ਲਾਵੇ। ਅਤੇ ਅਸੀਂ ਤਾਂ ਕਹਿੰਦੇ ਹਾਂ ਵੀ ਸਰਕਾਰ ਨੇ ਹੁਣ ਤੱਕ ਦੀਆਂ ਸਰਕਾਰਾਂ ਨੇ ਇਹ ਕੰਮ ਕੀਤਾ ਜਾਂ ਫ੍ਰੀ ਦੀਆਂ ਚੀਜ਼ਾਂ ਵੱਲ ਹੀ ਧਿਆਨ ਦਿੱਤਾ? ਜ਼ਿਆਦਾਤਰ ਤਾਂ ਫ੍ਰੀ ਦੀ ਚੀਜ਼ਾਂ ਦੇ ਵੱਲ ਕੀਤਾ ਹੈ। ਫ੍ਰੀ ਦੀਆਂ ਚੀਜ਼ਾਂ ਪੂਰੀਆਂ ਹੋ ਜਾਂਦੀਆਂ? ਨਹੀਂ ਹੁੰਦੀਆਂ, ਦੇ ਤਾਂ ਦਿੰਦੇ ਨੇ, ਬਟ ਉਹਨਾਂ ਦੇ ਡਿਸਐਡਵਾਂਟੇਜ ਜ਼ਿਆਦਾ ਹੁੰਦੇ ਨੇ, ਐਡਵਾਂਟੇਜ ਬਹੁਤ ਘੱਟ ਹੁੰਦੇ ਆ। ਮੈਡਮ ਤੁਹਾਡਾ ਕੀ ਨਾਮ ਹੈ? ਸਿਮਰਨ। ਕਿੱਥੋਂ ਦੇ ਰਹਿਣ ਵਾਲੇ? ਚੱਪੜ। ਕੀ ਕਹਿੰਦਾ, ਮੁੱਦੇ ਕੀ ਰਹਿਣਗੇ ਨੌਜਵਾਨਾਂ ਦੇ, ਕਿਉਂਕਿ ਇੱਕ ਮਾਈਗ੍ਰੇਸ਼ਨ ਬਹੁਤ ਵੱਡੀ ਹੋ ਰਹੀ ਹੈ ਨੌਜਵਾਨਾਂ ਦੀ, ਕੀ ਮੁੱਦੇ ਰਹਿਣਗੇ? ਸਭ ਤੋਂ ਵੱਡਾ ਮੁੱਦਾ ਤਾਂ ਪਹਿਲੀ ਗੱਲ ਇਹ ਹੈ ਕਿ ਆਪਾਂ ਦੇਖਦੇ ਹਾਂ ਕਿ ਆਪਣੀ ਜਿਹੜੀ ਯੂਥ ਹੈ ਉਹ ਸਾਰਾ ਬਾਹਰ ਜਾ ਰਿਹਾ ਹੈ, ਅਤੇ ਉਹਨਾਂ ਦਾ ਸਭ ਤੋਂ ਵੱਧ ਚੀਜ਼ ਕਿਉਂ ਜਾ ਰਿਹਾ ਹੈ, ਇਹਦਾ ਸਭ ਤੋਂ ਵੱਡਾ ਦੇਖਣ ਦਾ ਹੁੰਦਾ ਹੈ। ਉਹਦਾ ਮੇਨ ਰੀਜ਼ਨ ਕੀ ਹੈ ਕਿ ਇੱਥੇ ਜੋਬ ਨਹੀਂ ਹੈਗੀ, ਜੇ ਜੋਬ ਮਿਲਦੀ ਵੀ ਹੈ ਅਤੇ ਉਹਦੀ ਪਲੇਸਮੈਂਟਸ ਹੀ ਬਹੁਤ ਘੱਟ ਹੁੰਦੀਆਂ ਨੇ, ਅਤੇ ਆਪਣੇ ਅਪਲਾਈ ਕਿੰਨੇ ਬੱਚੇ ਕਰਦੇ ਆ ਅਤੇ ਮਿਲਦੀ ਕਿੰਨੀ ਕੁ ਹੈ, ਉਹਦੇ ਇੱਦਾਂ ਹੋਣਾ ਚਾਹੀਦਾ ਕਿ ਕਿਤੇ ਨਾ ਕਿਤੇ ਹਰ ਇੱਕ ਬੱਚੇ ਨੂੰ ਹਰ ਇੱਕ ਫੀਲਡ 'ਚ ਉਹਨੂੰ। ਪਰ ਸਰਕਾਰਾਂ ਤਾਂ ਕਹਿੰਦੀਆਂ ਅਸੀਂ ਮਸਲੇ ਹੱਲ ਕਰਨ ਵਾਸਤੇ ਲੱਗੇ ਹੋਏ ਹਾਂ, ਨੌਕਰੀਆਂ ਦੇ ਰਹੇ ਹਾਂ, ਬਾਹਰੋਂ ਬੰਦੇ ਨਹੀਂ ਜਾਣ ਦੇਵਾਂਗੇ। ਇਹ ਤਾਂ ਕਹੀ ਸੀ, ਉਹ ਤਾਂ ਨਵੀਂ ਨਵੀਂ ਕਹੀ ਸੀ, ਹੁਣ ਤਾਂ ਦਿਖੀ ਨਹੀਂ ਕਿਤੋਂ ਵੀ, ਕਹਿੰਦੀਆਂ ਹੀ ਨੇ। ਹੁਣ ਜਿਵੇਂ ਸਾਡੀ ਹਰ ਇੱਕ ਫੀਲਡ ਦੇ ਬੱਚੇ ਨੂੰ ਉਹਦੀ ਫੀਲਡ 'ਚ ਜੋਬ ਮਿਲਣੀ ਚਾਹੀਦੀ ਹੈ। ਹੁਣ ਇਹ ਹੁੰਦਾ ਕਿ ਬੱਚਾ ਮੈਡੀਕਲ ਤੋਂ ਕਿਤੇ ਸਟੱਡੀ ਕੀਤੀ, ਉਹਨੇ ਕਿਸੇ ਆਰਟਸ ਡਿਪਾਰਟਮੈਂਟ 'ਚ ਲੱਗਿਆ ਹੋਇਆ ਹੈ, ਕੋਈ ਸਟੈਨੋ 'ਚ ਲੱਗ ਗਿਆ, ਤਾਂ ਕਰਕੇ ਹੁੰਦਾ ਕਿ ਜੋਬ ਲੱਗੇ। ਮੈਮ ਤੁਹਾਡਾ ਕੀ ਨਾਮ ਹੈ? ਸੁਖਜੀਤ ਕੌਰ ਹੈ ਜੀ। ਕਿੱਥੋਂ ਦੇ ਰਹਿਣ ਵਾਲੇ? ਪਟਮਾਜਰ ਪਿੰਡ।
ਮਸਲੇ ਮੁਸਲੇ ਹੱਲ ਹੋਏ ਘਰਾਂ ਦੇ ਜਾਂ ਪਿੰਡਾਂ ਪੁੰਡਾਂ ਦੇ ਆਸੇ ਪਾਸੇ ਦੇ ਪਿਛਲੀਆਂ ਸਰਕਾਰਾਂ ਨੇ ਕਦੀ ਨਾ ਵੀ ਕਰੇ ਕਿਸੇ ਨੇ ਵੀ ਕਦੀ ਕਹਦੇ ਆ ਘਰਾਂ ਦੀ ਛੱਤਾਂ ਦੇ ਪੈਸੇ ਦੇਣਗੇ ਉਹ ਨਹੀਂ ਆਏ ਕੋਈ ਪੀਲਸਣਾ ਵਧਾਰੇ ਕੋਈ ਨਿਆਣਾ ਨੌਕਰੀਆਂ ਕੈਪਟਨ ਕਹੇ ਦਾ ਪਹਿਲਾਂ ਕੁਛ ਨਹੀਂ ਮਿਲਿਆ ਕਿਸੇ ਕਿਸ ਸਰਕਾਰ ਤੇ ਕੈਪਟਨ ਪਰਿਵਾਰ ਨੇ ਤਾਂ ਬਹੁਤ ਰਾਜ ਕੀਤਾ ਇਸ ਲੋਕ ਸਭਾ ਹਲਕੇ ਤੇ ਕਾਫੀ ਤਗੜਾ ਰਾਜ ਉਸ ਫੈਮਿਲੀ ਦਾ ਰਿਹਾ ਇਸ ਵਾਰ ਵੀ ਫੈਮਿਲੀ ਉਹਨਾਂ ਦੀ ਉਤਰੀ ਵੀ ਹੈ ਸਵਾਲ ਜਵਾਬ ਹੋਣਗੇ ਵੀ ਪਿਛਲੀਆਂ ਜਿਹੜੀਆਂ ਗੱਲਾਂ ਕੀਤੀਆਂ ਕਿੱਥੇ ਪੂਰੀ ਮਾਰੇ ਪਤਾ ਘਾਟ ਵੀ ਰੱਖੇ ਪਏ ਆ ਜਿਹੜੇ ਉਹਨਾਂ ਨੂੰ ਦੇ ਤੇ ਵੀ ਨੌਕਰੀਆਂ ਦੇਣਗੇ ਕੁਛ ਨਹੀਂ ਹੈ ਦਿੰਦੀ ਕੋਈ ਸਰਕਾਰ ਵੀ ਨੌਕਰੀ ਨਹੀਂ ਇਹੀ ਕਾਰਡ ਆ ਗਏ ਕੁਛ ਨਹੀਂ ਹੈ ਆਸੇ ਪਾਸੇ ਦੇ ਗਵਾਂਢ ਗੁਆਂਢ ਦੇ ਮਸਲੇ ਹੱਲ ਹੋਏ ਨਹੀਂ ਪਿੰਡ ਮਾਂ ਤੇ ਕੋਈ ਬੱਚਾ ਕੋਈ ਤਾਕੜੇ ਬੰਦੇ ਕਾ ਵੀ ਨਹੀਂ ਲੱਗਿਆ ਵੀ ਕੋਈ ਪੈਸਾ ਦੇ ਕੇ ਲੱਗਿਆ ਹੋਊਗਾ ਨਸ਼ਾ ਬਹੁਤ ਵੱਡਾ ਮੁੱਦਾ ਪਿੰਡਾਂ ਦੇ ਵਿੱਚ ਮਸਲਾ ਹੱਲ ਹੋਇਆ ਨਸ਼ਾ ਫੜਿਆ ਗਿਆ ਬੰਦ ਬੁੰਦ ਹੋਇਆ ਕਦੀ ਵੀ ਨਹੀਂ ਸੰਕਲ ਦਾ ਚੱਲ ਰਿਹਾ ਨਸ਼ਾ ਤਾਂ ਵਾਧੂ ਆ ਫਿਰ ਇਸ ਵਾਰ ਕੀ ਲੱਗਦਾ ਕਿਹੜੀ ਪਾਰਟੀ ਦੇ ਵੱਲ ਨੂੰ ਜਾਣਾ ਕੋਈ ਕੰਮ ਸਮਾਰੇਗਾ ਪਰ ਕੰਮ ਤਾਂ ਵੋਟਾਂ ਤੋਂ ਬਾਅਦ ਸਵਾਰਨੀਆਂ ਨਾ ਪਹਿਲਾਂ ਵਾਅਦੇ ਕਰਨੇ ਵੋਟਾਂ ਹਮ ਪਾਉਂਦੇ ਨਹੀਂ ਐਤਕੀ ਕੋਈ ਵੀ ਵੋਟਾਂ ਨਹੀਂ ਪਾਉਂਦੇ ਪਰ ਵੋਟ ਦਾ ਇਸਤੇਮਾਲ ਤਾਂ ਕਰਨਾ ਚਾਹੀਦਾ ਚਾਹੇ ਨੋਟਾਂ ਨੂੰ ਪਾ ਦਿਓ ਜੇ ਨਹੀਂ ਖਾਲੀ ਪਾ ਗੇਰ ਦੇਣਗੇ ਕਿਧਰੇ ਬਿਲਕੁਲ ਦੇਖੋ ਲੋਕਾਂ ਦਾ ਮਾਣ ਹੈ ਜਿੱਥੇ ਯੂਥ ਕਹਿ ਰਿਹਾ ਹੈ ਕਿ ਮੰਗਾਂ ਬਹੁਤ ਸਾਰੀਆਂ ਸੀਗੀਆਂ ਨੌਜਵਾਨਾਂ ਦੇ ਕਿਸੇ ਕਾ ਉਹੀ ਨਸ਼ੇ ਪੱਤਿਆਂ ਮਾ ਪੈ ਰਿਹਾ ਫਿਰ ਫਾਇਦਾ ਕਿਆ ਉਹਨੂੰ ਮਾਂ ਬਾਪ ਨੂੰ ਉਹਨੂੰ ਕਾ ਦਿਹਾੜੀ ਕਰਕੇ ਵੀ ਖਾਣੇ ਕਾ ਟਾਈਮ ਨਹੀਂ ਉਹ ਤਾਂ ਉਸੀ ਤੇ ਮੰਗ ਰਿਹਾ ਨਾ ਮਾਂ ਬਾਪ ਤੇ ਨਸ਼ੇ ਪੱਤੇ ਬਿਲਕੁਲ ਨਸ਼ਾ ਬਹੁਤ ਵੱਡਾ ਮੁੱਦਾ ਆਪਾਂ ਵੀ ਤੇ ਹੋਰ ਵੀ ਗੱਲ ਜੀ ਜੀ ਬਿਲਕੁਲ ਬਿਲਕੁਲ ਕਮਲ ਬਹੁਤ ਸਾਰੇ ਮੁੱਦੇ ਜਿਹੜੇ ਨੇ ਜੀ ਬਿਲਕੁਲ ਬੀਬੀ ਜੀ ਕੁਝ ਕਹਿ ਰਹੀ ਸੀ ਹਾਂਜੀ ਕਿਹੜੇ ਮਸਲੇ ਬਾਰੇ ਗੱਲ ਕਰ ਰਹੇ ਹੋ ਤੁਸੀਂ ਨੌਕਰੀਆਂ ਦੀ ਤਾਂ ਦੂਰ ਨਸ਼ੇ ਵੀ ਨਹੀਂ ਹਟਾਏ ਅਭੀ ਤੱਕ ਜਿਸ ਕਾ ਇੱਕ ਮੁੰਡਾ ਉਹ ਕੀ ਕਰੇਗਾ ਤੇ ਕੀ ਕੁਛ ਮੁੱਦਿਆਂ ਨੂੰ ਇਸ ਵਾਰੀ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਵੋਟ ਪਾਓਗੇ ਇਸ ਵਾਰੀ ਮੁਸ਼ਕਿਲ ਆ ਵੋਟਾਂ ਐਤਕੀ ਇਸ ਵਾਰੀ ਵੋਟਾਂ ਹੀ ਨਹੀਂ ਪਾਣੀਆਂ ਬਟ ਤੁਹਾਨੂੰ ਨਹੀਂ ਲੱਗਦਾ ਅਗਰ ਤੁਸੀਂ ਵੋਟ ਨਹੀਂ ਪਾਓਗੇ ਉਹਦਾ ਅਸਰ ਤੁਹਾਡੇ ਤੇ ਹੀ ਪਊਗਾ ਦੇਖੀ ਜਾਏਗੀ ਦੇਖੀ ਜਾਊਗੀ ਬਾਅਦ ਦੇਖੀ ਵੀ ਇਸਨੇ ਕਿਹਾ ਤਾਂ ਕਾ 1000 ਰੁਪਿਆ ਨਾ 2500 ਪਿਲਸਣ ਕਰੇਗੇ 1000 ਰੁਪਿਆ ਤੀਵੀਆਂ ਦੇਣਗੇ ਉਹ ਵੀ ਨਹੀਂ ਆਇਆ ਅਭੀ ਤੱਕ ਤੁਸੀਂ ਦੇਖਿਆ ਕਿ ਹੋਰ ਵੀ ਨੌਜਵਾਨ ਜਿਹੜੇ ਨੇ ਉਹ ਵੀ ਸਾਡੇ ਨਾਲ ਜੁੜੇ ਉਹਨਾਂ ਦੇ ਨਾਲ ਵੀ ਗੱਲ ਕਰਦੇ ਕੀ ਨਾਮ ਹੈ ਬੇਟਾ ਤੁਹਾਡਾ ਕੋਮਲ ਕੀ ਕਰਦੇ ਹੋ ਤੁਸੀਂ ਬੀਐਸਸੀ ਬੀਐਸਸੀ ਅੱਜ ਤੱਕ ਵੋਟ ਪਾਈ ਹੈ ਕਦੇ ਨਹੀਂ ਤੇ ਵੋਟ ਪਾਉਣ ਦੇ ਲਈ ਤੁਹਾਨੂੰ ਕੀ ਲੱਗਦਾ ਕਿ ਕਿਹੜੇ ਮੁੱਦੇ ਜਿਹੜੇ ਨੇ ਇਸ ਵਾਰੀ ਅਹਿਮ ਰਹਿਣੇ ਚਾਹੀਦੇ ਨੇ ਜਦ ਕੋਈ ਵੋਟ ਪਾਉਣ ਜਾਏ ਕੀ ਕੁਝ ਮੁੱਦਿਆਂ ਨੂੰ ਮੱਦੇਨਜ਼ਰ ਰੱਖਣਾ ਚਾਹੀਦਾ ਐਜੂਕੇਸ਼ਨ ਦੇਖਣੀ ਚਾਹੀਦੀ ਹੈ ਪਹਿਲਾਂ ਤਾਂ ਜੀ ਤੇ ਤੁਹਾਨੂੰ ਲੱਗਦਾ ਕਿ ਸਰਕਾਰਾਂ ਐਜੂਕੇਸ਼ਨ ਦੇ ਲਈ ਬਹੁਤ ਕੁਝ ਕਰ ਰਹੀਆਂ ਨੇ ਕਿਉਂਕਿ ਪੰਜਾਬ ਦਾ ਯੂਥ ਬਹੁਤ ਵੱਡੀ ਗਿਣਤੀ ਦੇ ਵਿੱਚ ਬਾਹਰਲੇ ਦੇਸ਼ਾਂ ਦਾ ਰੁਖ ਕਰ ਰਿਹਾ ਹਾਂਜੀ ਇੱਥੇ ਮਤਲਬ ਆਈਟੀ ਸੈਕਟਰ ਬਹੁਤ ਘੱਟ ਹੈ ਤਾਂ ਇਸ ਕਰਕੇ ਉਹ ਬਾਹਰ ਜਾਂਦੇ ਜਿਵੇਂ ਇੰਜੀਨੀਅਰਸ ਹੈ ਉਹ ਇੱਕ ਬੀਟੈਕ ਕੀਤੀ ਹੁੰਦੀ ਹੈ ਉਹਨੇ ਤਾਂ ਉਹ ਵਿਹਲਾ ਹੁੰਦਾ ਪਲੇਸਮੈਂਟ ਬਹੁਤ ਘੱਟ ਨੇ ਇਸ ਕਰਕੇ ਉਹ ਬਾਹਰ ਜਾਂਦਾ ਜੀ ਤੇ ਵੋਟ ਪਾਉਣ ਜਾਣ ਵੇਲੇ ਕੀ ਕੁਛ ਚੀਜ਼ਾਂ ਨੂੰ ਮੱਦੇਨਜ਼ਰ ਰੱਖੋਗੇ ਜਦੋਂ ਤੁਸੀਂ ਫਿਊਚਰ ਦੇ ਵਿੱਚ ਵੋਟ ਪਾਉਣ ਜਾਓਗੇ ਕੀ ਕੁਛ ਚੀਜ਼ਾਂ ਮੱਦੇਨਜ਼ਰ ਰੱਖੋਗੇ ਵੋਟ ਤਾਂ ਇਹੀ ਹੈ ਵੀ ਵਧੀਆ ਹੈਲਥ ਹੋਵੇ ਐਜੂਕੇਸ਼ਨ ਡਿਵੈਲਪਮੈਂਟ ਇਲੈਕਸ਼ਨ ਆਉਣ ਵਾਲੇ ਆ ਕੀ ਕੁਛ ਮੁੱਦੇ ਤੁਹਾਨੂੰ ਲੱਗਦਾ ਕਿ ਲੋਕਾਂ ਨੂੰ ਮੱਦੇਨਜ਼ਰ ਰੱਖਣੇ ਚਾਹੀਦੇ ਨੇ ਜਦੋਂ ਵੋਟ ਪਾਉਣ ਜਾਓ ਮੈਂ ਵੋਟ ਨਹੀਂ ਪਾਈ ਪਹਿਲਾਂ ਤਾਂ ਅਤੇ ਸਭ ਤੋਂ ਪਹਿਲਾਂ ਤਾਂ ਇਹਦੀ ਜਿਵੇਂ ਗਵਰਨਮੈਂਟਸ ਹੁੰਦੇ ਆ ਠੀਕ ਹੈ ਅਤੇ ਉਹ ਨਾ ਕੀ ਕਹਿੰਦੇ ਨੇ ਉਹਨੂੰ ਸਿਫਾਰਿਸ਼ ਲਈ ਸਿਫਾਰਿਸ਼ ਹੁੰਦੀ ਹੈ ਜਿਹੜੀ ਸਭ ਤੋਂ ਪਹਿਲਾਂ ਉਹ ਰੋਕਣਾ ਚਾਹੀਦਾ ਸਕੂਲ ਦੇ ਵਿੱਚ ਕਾਲਜ ਦੇ ਵਿੱਚ ਸਿਫਾਰਿਸ਼ ਬਹੁਤ ਜ਼ਿਆਦਾ ਲੱਗਦੀਆਂ ਨੇ ਅਤੇ ਇਹ ਦੇਖਣਾ ਚਾਹੀਦਾ ਐਜੂਕੇਸ਼ਨ ਮਿਨਿਸਟਰ ਨੂੰ ਕੰਮ ਘੱਟ ਹੋਣੇ ਯੈਸ ਅਤੇ ਆਹੀ ਹੋਣਾ ਚਾਹੀਦਾ ਬਾਕੀ ਐਕਸਪੀਰੀਅੰਸ ਨਹੀਂ ਕੀਤਾ ਹਜੇ ਐਕਸਪੀਰੀਅੰਸ ਕਰਾਂਗੇ ਫਿਰ ਪਤਾ ਲੱਗੂ ਵੋਟ ਬਣੀ ਹੈ ਤੁਹਾਡੀ ਹੁਣ ਪਹਿਲੀ ਵਾਰ ਪਾਉਂਗੀ ਪਾਣੀ ਇਸ ਵਾਰੀ ਵੋਟ ਫਿਰ ਕੀ ਕੁਝ ਜੋ ਡਿਸੀਜਨਸ ਲੈ ਕੇ ਪਾਓਗੇ ਇਸ ਵਾਰੀ ਬਸ ਵਧੀਆ ਸਰਕਾਰ ਆਏ ਜੋ ਲੋਕਾਂ ਦੇ ਲਈ ਕੰਮ ਕਰੇ ਤਾਂ ਤੁਹਾਨੂੰ ਵਧੀਆ ਲੱਗਿਆ ਕਿ ਸਰਕਾਰਾਂ ਨੇ ਜੋ ਵਾਅਦੇ ਕੀਤੇ ਸੀ ਕੀ ਉਹ ਪੂਰੇ ਹੋਏ ਨੇ ਅੱਜ ਤੱਕ ਕੁਝ ਪੂਰੇ ਹੁੰਦੇ ਆ ਕੁਝ ਨਹੀਂ ਪੂਰੇ ਹੁੰਦੇ ਕਈ ਵਾਰ ਆਪਣੀ ਜਮਾਨ ਤੇ ਨਹੀਂ ਟਿਕਦੇ ਸਰਕਾਰ
ਨੌਕਰੀਆਂ ਬਾਰੇ ਕੀ ਕੁਛ ਕਹਿਣਾ ਚਾਹੋਗੇ, ਕਿਉਂਕਿ ਸਰਕਾਰ ਹਮੇਸ਼ਾ ਵਾਅਦੇ ਕਰਦੀ ਹੈ ਕਿ ਜਦ ਵੀ ਸੱਤਾ ਦੇ ਵਿੱਚ ਆਣਗੇ ਨੌਕਰੀਆਂ ਜ਼ਰੂਰ ਯੂਥ ਨੂੰ ਦਿੱਤੀ ਜਾਣਗੀਆਂ, ਤੇ ਉਹਦੇ ਬਾਰੇ ਕੀ ਕੁਛ ਕਹਿਣਾ ਤੁਹਾਡਾ? ਐਸਸੀ ਨੂੰ ਨੌਕਰੀਆਂ ਮਿਲਦੀਆਂ ਨੇ, ਕਿਉਂ ਮਿਲਦੀਆਂ ਨੇ? ਬੀਸੀ ਤੇ ਜਨਰਲ ਰਹਿ ਜਾਂਦੇ ਆ, ਅਸੀਂ ਇੱਕ ਇੱਕ ਪੁਆਇੰਟ ਤੋਂ ਰਹਿ ਜਾਂਦੇ ਆ ਮਾਰਕਸ ਤੋਂ, ਉਹ ਗਲਤ ਹੈ। ਇੱਕ ਤਾਂ ਸਰਕਾਰ ਦੀ ਉਹ ਗੱਲ ਗਲਤ ਹੈ ਕਿ ਐਸਸੀ ਜ਼ਿਆਦਾ ਮੇਨ ਨਹੀਂ ਰੱਖਣਾ ਚਾਹੀਦਾ, ਬੀਸੀ ਤੇ ਜਨਰਲ ਨੂੰ ਵੀ ਲੈਣਾ ਚਾਹੀਦਾ ਹੈ। ਜੀ ਬਿਲਕੁਲ ਜੀ, ਦੇਖੋ ਕਮਲ, ਯੂਥ ਦੇ ਆਪਣੇ ਮੁੱਦੇ ਨੇ ਲੈ ਕੇ, ਐਜੂਕੇਸ਼ਨ ਨੂੰ ਲੈ ਕੇ, ਹੈਲਥ ਸੈਕਟਰ ਨੂੰ ਲੈ ਕੇ, ਉਹਨਾਂ ਦਾ ਇਹੀ ਕਹਿਣਾ ਹੈ ਕਿ ਕੈਟੇਗਰੀਜ਼ ਨਹੀਂ ਹੋਣੀਆਂ ਚਾਹੀਦੀਆਂ ਜਦੋਂ ਗੱਲ ਆਉਂਦੀ ਹੈ ਐਜੂਕੇਸ਼ਨ ਦੀ। ਜੀ ਉਹ ਬਿਲਕੁਲ ਭਵੀ, ਜਿੱਥੋਂ ਦੇਖੋ ਯੂਥ ਦਾ ਆਪਦਾ ਮੁੱਦਾ, ਹਰੇਕ ਵਰਗ ਦਾ ਆਪਦਾ ਮੁੱਦਾ। ਇੱਕ ਬਜ਼ੁਰਗ ਬਾਪੂ ਜੀ ਸਾਡੇ ਨਾਲ ਬੈਠੇ ਨੇ, ਦਾੜੀ ਚਿੱਟੀ ਵੈਸੇ ਨਹੀਂ ਆਈ, ਹੁਣ ਤੱਕ ਬਹੁਤ ਸਰਕਾਰਾਂ ਦੇਖ ਲਈਆਂ ਹੋਣੀਆਂ, ਲੋਕਾਂ ਨੇ ਲੀਡਰੀ ਨਹੀਂ ਉਨੀ ਦੇਖੀ ਹੋਣੀ ਜਿੰਨੀਆਂ ਸਰਕਾਰਾਂ ਇਹਨਾਂ ਨੇ ਦੇਖ ਲਈਆਂ। ਬਾਪੂ ਜੀ ਕੀ ਨਾਮ ਹੈ ਤੁਹਾਡਾ? ਮੇਰਾ ਜੀ ਸੁਰਿੰਦਰ ਸਿੰਘ। ਕਿੱਥੋਂ ਦੇ ਰਹਿਣ ਵਾਲੇ ਹੋ? ਘਨੌਰ ਤੋਂ। ਘਨੌਰ ਦੇ ਹੋ, ਸਰਕਾਰਾਂ ਬਹੁਤ ਦੇਖ ਲਈਆਂ ਹੋਣੀਆਂ, ਕਈਆਂ ਨੇ ਤਾਂ ਲੀਡਰੀ ਨਹੀਂ ਇੰਨੀ ਦੇਖੀ ਹੋਣੀ ਜਿੰਨੀਆਂ ਸਰਕਾਰਾਂ ਦੇਖ ਲਈਆਂ ਹੋਣੀਆਂ। ਠੀਕ ਹੈ ਜੀ, ਓਕੇ। ਇਹ ਸਰਕਾਰਾਂ ਜਿਹੜੀਆਂ ਦੇਖੀਆਂ ਕਿਵੇਂ ਦੀਆਂ ਰਹੀਆਂ, ਸਰਕਾਰਾਂ ਕੰਮ ਕੁੰਮ ਆਪਣੇ ਸੈਲਫਿਸ਼ ਨੇ। ਹਾਂਜੀ ਸੈਲਫਿਸ਼ ਸੈਲਫਿਸ਼ ਆਪਦਾ ਕੰਮ ਕਰਦੀਆਂ, ਲੋਕਾਂ ਦਾ ਨਹੀਂ ਕਰਦੀਆਂ। ਬਸ ਬਸ, ਮਸਲੇ ਮਸਲੇ ਹੱਲ ਹੋਏ ਫਿਰ ਤੁਹਾਡੇ ਪਾਸ? ਕੋਈ ਮਸਲੇ ਨਹੀਂ। ਫਿਰ ਕੀ ਲੱਗਦਾ, ਹਮੇਸ਼ਾ ਜਦੋਂ ਆਉਂਦੀ ਹੋਣੀ ਸਰਕਾਰ ਨਵੇਂ ਵਾਅਦੇ ਕਰਕੇ ਆ ਜਾਂਦੀ ਹੋਣੀ ਹੈ? ਬਸ ਲੋਕਾਂ ਨੂੰ ਦਲ ਦੇ ਕੇ ਆਪਣੇ ਵੋਟ ਲੈ ਕੇ ਪਾ ਦਿੰਦੇ ਨੇ, ਪਿੱਛਾ ਦੇ ਦਿੰਦੇ ਨੇ। ਲੋਕਾਂ ਦੇ ਮੁੱਦੇ ਕੀ ਰਹਿਣ ਵਾਲੇ, ਮਸਲੇ ਮਸਲੇ ਹੱਲ ਹੋਏ ਜਾਂ ਨਹੀਂ ਹੋਏ? ਜੀ ਹੋਏ ਨਹੀਂ ਜੀ। ਨਹੀਂ ਹੋਏ? ਨਾ ਜੀ। ਜਵਾਕਾਂ ਜੁਵਕਾਂ ਨੂੰ ਨੌਕਰੀਆਂ ਡਿਗਰੀਆਂ ਡੁਗਰੀਆਂ ਕੁਛ ਨਹੀਂ ਮਿਲਿਆ ਜੀ, ਕੁਛ ਵੀ ਨਹੀਂ ਮਿਲਿਆ ਜੀ। ਅਸੀਂ ਖੜ ਕੇ ਜਾਂਦੇ ਬਹੁਤ ਜੀ, ਇਸ ਤੋਂ ਬੁਰਾ ਹਾਲ ਹੁੰਦਾ ਵੀਰ, ਇਸ ਤੋਂ ਬੁਰਾ ਹਾਲ ਹੁੰਦਾ। ਬੱਸਾਂ ਦਾ ਬਹੁਤ ਔਖਾ, ਨਾ ਟਾਈਮਿੰਗ ਬੱਸਾਂ ਦੀ, ਕੁਛ ਨਹੀਂ ਹੈ ਟਾਈਮ ਟੂਮਿੰਗ ਬਾਰੇ। ਪਰ ਆਹ ਤਾਂ ਖਤਰਾ ਬਹੁਤ ਹੈ ਯਾਰ ਬਾਈ, ਮੈਨੂੰ ਲੱਗਦਾ ਤੁਹਾਡੇ ਥੱਲੇ ਥੁੱਲੇ ਜਾਂਦੇ ਅਸੀਂ ਤਾਂ ਖੜ ਕੇ 150 ਸਵਾਰੀ ਹੁੰਦੀ ਬੱਸ 'ਚ, ਸਵੇਰੇ ਟਾਈਮਿੰਗ ਦੀ ਬਹੁਤ ਔਖਾ ਹੁੰਦਾ, ਬਹੁਤ ਔਖਾ ਹੁੰਦਾ। ਨੌਜਵਾਨ ਨਹੀਂ, ਬਹੁਤ ਵੱਡਾ ਮੁੱਦਾ ਹੈ, ਨੌਜਵਾਨ ਬਹੁਤ ਸਾਰੇ ਮੁੱਦੇ ਚੱਕੀ ਫਿਰਦੇ ਆ ਕਿ ਨੌਜਵਾਨ ਕੀ ਕਹਿੰਦੇ, ਕਿਹੜੇ ਮੁੱਦੇ ਰਹਿਣ ਵਾਲੇ ਆ ਵੀਰੇ? ਅਸੀਂ ਤਾਂ ਵੋਟ ਪਾਉਣੀ ਜੀ, ਵੋਟ ਨਹੀਂ ਪਾਉਣੀ ਅਸੀਂ। ਵੋਟ ਕਿਸੇ ਨੂੰ ਨਹੀਂ ਪਾਉਣੀ, ਸਾਰੇ ਧੋਕੇ ਖੜੇ ਹੋ? ਸਭ ਧੋਕੇ ਖੜੇ ਆ ਵੀਰੇ। ਵੋਟਾਂ ਵੀ ਇੱਕ ਆਪਸ਼ਨ ਤਾਂ ਹੈਗਾ? ਨਹੀਂ ਵੀਰੇ, ਅੱਜ ਕੋਈ ਆਪਸ਼ਨ ਨਹੀਂ ਵੀਰੇ। ਸਵਾਲ ਤਾਂ ਕਰੋਗੇ ਲੀਡਰ, ਕਿਸ ਨੂੰ? ਲੋਕ ਪੜ੍ਹੇ ਮੁੰਡੇ ਵੀਰ, ਪੜ੍ਹੇ ਲਿਖੇ ਜਾ ਰਹੇ ਹੈ ਜਿਹੜੇ, ਧੱਕੇ ਖਾਂਦੇ ਫਿਰ ਰਹੇ, ਕੋਈ ਫਾਇਦਾ? ਨੌਕਰੀ ਕਿਸੇ ਨੂੰ ਕੁਛ ਨਹੀਂ ਮਿਲਿਆ, ਨੌਕਰੀ ਵਾਲੇ ਕਿਸੇ ਨੂੰ ਮਿਲੀ, ਗੱਲਾਂ ਦਾ ਐਡੀ ਐਡੀ ਹੋਈ ਸੀ। ਕਿਹੜੀ ਡਿਗਰੀ ਕੀਤੀ ਵੀ ਤੁਸੀਂ? ITI ਕਰ ਰਹੇ? ITI ਕਰ ਰਹੇ। ਨੌਕਰੀ ਹਜੇ ਤੱਕ ਕਈ ਕੁਛ ਨਹੀਂ ਮਿਲੀ ਵੀਰ? ਰੁਜ਼ਗਾਰ ਚਾਹੀਦਾ, ਰੁਜ਼ਗਾਰ ਮਿਲਣਾ ਚਾਹੀਦਾ ਵੀਰ ਜੀ, ਰੁਜ਼ਗਾਰ ਮਿਲੇਗਾ ਸਭ ਕੁਛ ਹੋ ਜਾਊਗਾ। ਮਾਤਾ ਤੁਹਾਡਾ ਕੀ ਨਾਮ ਹੈ ਜੀ? ਸੰਦੀਪ ਕੌਰ ਹੈ। ਕਿੱਥੋਂ ਦੇ ਰਹਿਣ ਵਾਲੇ ਹੋ? ਚਾਪੜ ਪਿੰਡ। ਕਿ ਮਸਲੇ ਮਸਲੇ ਹੱਲ ਕੀ ਹੁੰਦੇ ਆ? ਕੋਈ ਆਸੇ ਪਾਸੇ ਦੇ ਗਵਾਂਢ 'ਚ ਗੱਲਾਂ ਹੁੰਦੀਆਂ ਹੋਣੀਆਂ ਕਿ ਸਰਕਾਰਾਂ ਆਉਂਦੀਆਂ ਚਲੀਆਂ ਜਾਂਦੀਆਂ, ਮਸਲੇ ਨਹੀਂ ਹੱਲ ਹੁੰਦੇ? ਸਾਡੇ ਤਾਂ ਵੀਰ ਜੀ ਕੁਛ ਵੀ ਨਹੀਂ ਹੁੰਦੇ ਮਸਲੇ ਹੱਲ, ਆਪ ਸਰਕਾਰ ਨੇ ਤਾਂ ਜਮਾ ਹੀ ਬੇੜਾ ਗਰਕ ਕਰਤਾ, ਇਹਨਾਂ ਨੇ ਤਾਂ ਕੁਛ ਵੀ ਨਹੀਂ ਸਮਾਰਿਆ ਹੈਗਾ। ਪਰ ਬਦਲਾਵ ਤਾਂ ਬਹੁਤ ਵੱਡਾ ਆਇਆ ਸੀਗਾ, ਆਉਂਦੇ ਨੂੰ ਕੀ ਕਰੀਏ, ਕਹਿੰਦੇ ਤਾਂ ਬਹੁਤ ਕੁਛ ਨੇ ਆਉਂਦੇ ਵੇ, ਪਰ ਕਰਦੇ ਤਾਂ ਕੁਛ ਨਹੀਂ ਹੈਗੇ। ਫਿਰ ਐਤਕੀ ਘਰਾਂ ਦਾ ਮਾਹੌਲ ਕੀ ਕਹਿੰਦਾ, ਕੀ ਕਿਹੜੀ ਸਰਕਾਰ ਲੈ ਕੇ ਆਉਣੀ, ਕਿੱਧਰ ਨੂੰ ਜਾਣਾ ਐਤਕੀ, ਕੀ ਕਹਿੰਦਾ ਮਾਹੌਲ? ਅਜੇ ਪਿਛਲੀਆਂ ਸਰਕਾਰਾਂ ਬਹੁਤ ਠੀਕ ਸੀਗੀਆਂ ਵੀਰ ਜੀ, ਪਰ ਇਸਨੇ ਆਪ ਸਰਕਾਰ ਨੇ ਤਾਂ ਕੁਛ ਵੀ ਨਹੀਂ ਕਰਿਆ ਹੈਗਾ। ਸਰਕਾਰਾਂ ਤਾਂ ਕਹਿੰਦੀਆਂ ਕਿ ਜਦੋਂ ਸਰਕਾਰ ਆਉਂਦੀ ਹੈ ਕਿ ਅਸੀਂ ਸਾਲ 'ਚ ਮਸਲੇ ਹੱਲ ਕਰਤੇ, ਅਸੀਂ ਲੋਕਾਂ ਦੇ ਮੁੱਦੇ ਹੱਲ ਕਰ ਰਹੇ ਹਾਂ ਜੀ। 5-5 ਕਿਲੋ ਆਟੇ ਬੁਲਾ ਰੱਖੇ ਲੋਕ, ਲਾਈਨਾਂ ਲਾ ਲਈਆਂ ਪਿੰਡਾਂ ਦੇ ਵੀ, ਕਿਆ ਦੇਣਾ ਵਾਸਤੇ ਸਰਕਾਰਾਂ ਨੇ, ਕੋਈ ਕੁਛ ਨਹੀਂ ਦੇ ਰਹੇ, ਫ੍ਰੀ ਦੇ ਕੰਮਾਂ 'ਤੇ ਉਲਝਾ, ਫ੍ਰੀ ਦੇ ਕੰਮਾਂ 'ਤੇ ਉਲਝਾ ਦੇ। ਤਾਂ ਬਿਲਕੁਲ ਭਾਵੇਂ ਦੇਖੋ ਪਿਛਲੇ ਪਾਸੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ, ਤੁਸੀਂ ਅਗਲੇ ਪਾਸੇ ਜਿਹੜੇ ਕਿ ਲੋਕਾਂ ਦੇ ਨਾਲ ਗੱਲਬਾਤ ਕਰੋ ਕਿ ਲੋਕਾਂ ਦਾ ਕੀ ਕੁਝ ਕਹਿਣਾ ਹੈ, ਕਿਉਂਕਿ ਇੱਧਰ ਤਾਂ ਕਹਿੰਦੇ ਕਿ ਮਸਲੇ ਹੱਲ ਨਹੀਂ ਹੋਏ, 42 ਸਾਲ ਦੀਆਂ ਉਮਰਾਂ ਹੋ ਗਈਆਂ, ਵੋਟਾਂ ਜ਼ਰੂਰ ਪਾਈਆਂ ਪਰ ਲਾਰੇ ਵੀ ਸੁਣੇ, ਨਾਰੇ ਵੀ ਸੁਣੇ,
ਪਰ ਹਾਲੇ ਕੋਈ ਨਹੀਂ ਹੋਇਆ। ਹਾਊਸ ਵਾਈਫ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ, ਜਦੋਂ ਬਜਟ ਦੀ ਗੱਲ ਹੁੰਦੀ ਹੈ ਤਾਂ ਸਭ ਤੋਂ ਵੱਡੀ ਜ਼ਿੰਮੇਵਾਰੀ ਹਾਊਸ ਵਾਈਫ ਦੀ ਬਣਦੀ ਹੈ, ਸਭ ਕੁਝ ਮੈਨੇਜ ਕਰਨਾ ਹੁੰਦਾ, ਉਹਨੂੰ ਲੈ ਕੇ ਸਰਕਾਰਾਂ ਕੀ ਕੁਝ ਕੰਮ ਕਰਦੀਆਂ ਨੇ? ਲੱਗਦਾ ਕਿ ਸਰਕਾਰਾਂ ਦਾ ਜੋ ਹੈ ਰਵੱਈਆ ਕਰਦੀਆਂ, ਕੁਛ ਨਹੀਂ ਜੀ ਕਰਦੀਆਂ, ਕੁਛ ਵੀ ਨਹੀਂ ਕਰਦੀਆਂ। ਸਰਕਾਰ ਹਮੇਸ਼ਾ ਕਹਿੰਦੀ ਅਸੀਂ ਔਰਤਾਂ ਦੇ ਲਈ ਬਹੁਤ ਕੁਝ ਕਰ ਰਹੇ, ਤੁਹਾਨੂੰ ਲੱਗਦਾ ਹੁੰਦਾ ਕੁਛ ਨਹੀਂ ਕੀਤਾ ਹੋਇਆ? ਇਹ ਬੱਸਾਂ 'ਚ ਭੀੜ ਭੜੱਕਾ ਜ਼ਰੂਰ ਕੀਤਾ ਹੋਇਆ, ਇੱਕ ਆਧਾਰ ਕਾਰਡ ਦੇ ਹੋਰ ਤਾਂ ਕੁਛ ਨਹੀਂ ਕੀਤਾ। ਜ਼ਰੂਰ ਕਹਿੰਦੇ ਟਰੈਵਲ ਫ੍ਰੀ ਕਰਤਾ ਔਰਤਾਂ ਦੇ ਲਈ, ਹੋਰ ਵੀ ਸਹੂਲਤਾਂ ਜਿਹੜੀਆਂ ਹਸਪਤਾਲਾਂ ਦੇ ਵਿੱਚ ਦਿੱਤੀਆਂ, ਕੁਛ ਨਹੀਂ ਕੀਤਾ ਹੋਇਆ ਜੀ, ਕੁਛ ਸਾਰੀ ਕਾਗਜ਼ੀ ਚੀਜ਼ਾਂ ਨੇ। ਹਾਂਜੀ ਹਾਂਜੀ ਹਾਂਜੀ। ਤੇ ਨੌਕਰੀਆਂ ਨੂੰ ਲੈ ਕੇ ਸਰਕਾਰ ਵੱਡੇ ਦਾਅਵੇ ਕਰਦੀ ਹੈ ਕਿ ਲੋਕਾਂ ਦੇ ਲਈ ਅਸੀਂ ਨਈ ਜੌਬ ਅਪਰਚੁਨਿਟੀ, ਕੋਈ ਨੌਕਰੀਆਂ ਨਹੀਂ, ਕੋਈ ਕੁਛ ਨਹੀਂ ਜੀ, ਕੁਛ ਨਹੀਂ। ਤੇ ਫਿਰ ਇਸ ਵਾਰੀ ਜਦੋਂ ਵੋਟ ਪਾਉਣ ਜਾਓਗੇ ਕੀ ਕੁਛ ਚੀਜ਼ਾਂ ਨੂੰ ਮੱਦੇਨਜ਼ਰ ਰੱਖੋਗੇ? ਦੇਖਾਂਗੇ ਜੀ, ਜਦੋਂ ਵੋਟ ਆਊਗੀ ਪਾਉਣੀ ਹੈ ਜਾਂ ਨਹੀਂ ਪਾਉਣੀ, ਉਹ ਵੀ ਡਿਸਾਈਡ ਕਰੋਗੇ? ਜੀ ਬਿਲਕੁਲ। ਜਿਸ ਤਰੀਕੇ ਮੇਰੇ ਸਹਿਯੋਗੀ ਪਵਿੱਤਰਪ੍ਰੀਤ ਕੌਰ ਹੋਰਾਂ ਨੇ ਗੱਲਬਾਤ ਕੀਤੀ ਲੋਕਾਂ ਦੇ ਨਾਲ, ਉਸੇ ਤਰ੍ਹਾਂ ਹੀ ਸਿਆਸੀ ਲਾਰੀ ਦੇ ਵਿੱਚ ਇੱਕ ਸੀਟ ਵਿਧਾਇਕ ਸਾਹਿਬ ਲਈ ਵੀ ਆ, MLA ਦੀ ਸੀਟ। ਇਸ ਸੀਟ ਦੇ ਪਿੱਛੇ ਲਿਖਿਆ ਹੋਇਆ MLA ਦੇ ਲਈ, MLA ਲਈ ਇਹ ਸੀਟ ਹੈ। ਪਰ ਲੋਕ ਇਸ ਸੀਟ 'ਤੇ ਬੈਠ ਕੇ ਕਿਤੇ ਨਾ ਕਿਤੇ ਕਹਿ ਸਕਦੇ ਉਹ ਰੁਤਬਾ ਝੱਲਣ ਦੀ ਕੋਸ਼ਿਸ਼ ਜ਼ਰੂਰ ਕਰਦੇ ਨੇ ਜਿਹੜਾ MLA ਦਾ ਹੁੰਦਾ। ਪਰ ਮਸਲੇ ਕਿਹੜੇ ਹੁੰਦੇ ਨੇ? ਲੋਕ ਹੁਣ ਚਲੋ MLA ਸੀਟ 'ਤੇ ਤਾਂ ਬੈਠੇ, ਪਰ ਮੁੱਦੇ ਕਿਹੜੇ ਵਿਚਾਰੇ ਜਾ ਰਹੇ ਨੇ? ਮੈਡਮ ਕੀ ਨਾਮ ਹੈ ਤੁਹਾਡਾ ਜੀ? ਰਾਣੀ ਜੀ। ਕਿੱਥੋਂ ਦੇ ਰਹਿਣ ਵਾਲੇ ਹੋ? ਭੋਰੇ ਕੇ। MLA ਦੀ ਸੀਟ ਤੇ ਬੈਠੇ ਹੋ, ਕੀ ਲੱਗਦਾ ਮੁੱਦੇ ਕਿਹੜੇ? MLA ਮਸਲੇ ਹੱਲ ਕਰਦੇ ਜਾਂ ਲੋਕ ਸਭਾ ਵਾਲੇ? ਪਤਾ ਨਹੀਂ ਜੀ, ਕਰੇ ਕਰ ਨਹੀਂ ਕਰੇਗਾ ਜੀ। ਮੁੱਦੇ ਮੱਦੇ ਹੱਲ ਹੋਏ ਪਿੰਡਾਂ ਦੇ? ਹੋਏ ਤਾਂ ਹੈ ਜੀ। ਹਾਂਜੀ। ਕੰਮ ਕੁੰਮ ਹੋਏ, ਮਸਲੇ ਹੱਲ? ਕੋਈ ਮਸਲਾ ਹੱਲ ਨਹੀਂ ਹੋਇਆ ਜੀ, ਨਾ ਜੀ ਨਾ, ਬਾਤਾਂ ਫਰੋਡ ਮਾਰ ਗਏ ਜੀ, ਨਹੀਂ ਤਾਂ ਝੂਠੇ ਬੋਲਦੇ ਜੀ। ਪਰ ਸਰਕਾਰਾਂ ਤਾਂ ਕਹਿੰਦੀਆਂ ਸੀ ਮਸਲੇ ਸਾਰੇ ਹੱਲ ਹੋਣਗੇ, ਇੱਕ ਇੱਕ ਹੋਏਗਾ। ਕੋਈ ਨਹੀਂ ਕਰਦੇ ਜੀ ਨੇ, ਵੋਟਾਂ ਦੇ ਟਾਈਮ ਬਾਹਰ ਨਿਕਲਣਾ, ਉਸ ਤੋਂ ਬਾਅਦ ਅੰਦਰ ਵੜਦਾ, ਫਿਰ ਕੋਈ ਨਿਕਲਦਾ 5 ਸਾਲ ਵਾਸਤੇ। ਹਾਂਜੀ। ਮਸਲੇ ਹੱਲ ਹੋਏ ਆ ਪਿੰਡਾਂ ਦੇ ਵਿੱਚ? ਕਹਿੰਦੇ ਪਿੰਡਾਂ ਦੇ ਵਿੱਚ ਚਰਚਾ ਤਾਂ ਬਹੁਤ ਚੱਲਦੀ ਹੈ, ਪਰ ਮਸਲੇ ਕਿੰਨੇ ਕੁ ਹੱਲ ਹੋਏ? ਮਸਲੇ ਹੱਲ ਹੋਏ ਵੀ ਹੈ, ਬਾਕੀ ਰਹਿ ਵੀ ਰਹੇ ਜੀ ਮਸਲੇ ਹੱਲ, ਵਧੀ ਹੋਏ ਨਹੀਂ। ਕੀ ਲੱਗਦਾ ਪਿਛਲੀਆਂ ਸਰਕਾਰਾਂ ਦਾ ਪੋਰਟਫੋਲੀਓ ਦੇਖਿਆ ਜਾਏਗਾ, ਜਿਹੜੀਆਂ ਪਿਛਲੀਆਂ ਰਹੀਆਂ ਸਰਕਾਰਾਂ? ਤਾਂ ਵਧੀਆ ਜੀ, ਆਮ ਆਦਮੀ ਪਾਰਟੀ ਸਰਕਾਰ ਬਹੁਤ ਵਧੀਆ ਆਈ, ਇਸ ਨੇ ਵੀ ਵੋਟ ਪਾਉਣੀ ਹੈ ਆਮ ਆਦਮੀ ਪਾਰਟੀ ਨੂੰ, ਪੋਰਟਫੋਲੀਓ ਦੇਖ ਕੇ ਵੋਟ ਪਾਉਂਗੇ। ਹਾਂਜੀ ਹਾਂਜੀ ਬਿਲਕੁਲ। ਪਵਿੱਤ, ਇਹ ਸੀਗੀ ਆਪਣੀ ਖਾਸ ਤੌਰ ਤੇ ਘਨੌਰ ਹਲਕੇ ਨੂੰ ਜਾਂਦੀ ਜਿਹੜੀ ਸਿਆਸੀ ਲਾਰੀ ਸੀਗੀ। ਜੀ ਬਿਲਕੁਲ ਕਮਲ, ਦੇਖੋ ਕਾਫੀ ਦਿਲਚਸਪ ਜਿਹੜੀ ਗੱਲਬਾਤ ਲੋਕਾਂ ਦੇ ਨਾਲ ਹੋਈ ਹੈ, ਤੇ ਬਿਲਕੁਲ ਕਹਿ ਸਕਦੇ ਕਿ ਗਰਾਊਂਡ ਜ਼ੀਰੋ ਤੋਂ ਜੋ ਰਿਐਲਿਟੀ ਚੈੱਕ ਅਸੀਂ ਦਿੱਤਾ ਹੈ ਕਿ ਕਿਸ ਤਰੀਕੇ ਦੇ ਨਾਲ ਜੋ ਇਲੈਕਸ਼ਨ ਆਉਣ ਵਾਲੇ ਨੇ ਕਿਹੋ ਜਿਹਾ ਮਾਹੌਲ ਹੋਊਗਾ, ਤੇ ਕਾਫੀ ਨਿਰਾਸ਼ ਵੀ ਲਿਖੇ ਦਿਖੇ ਨੇ, ਜੋ ਕਿ ਤੇ ਕਾਫੀਆਂ ਦੀ ਉਮੀਦਾਂ ਤੇ ਖਰੀ ਹੁੰਦੀ ਹੋਈ ਵੀ ਸਰਕਾਰ ਜਿਹੜੀ ਹੈ ਕਿਤੇ ਨਾ ਕਿਤੇ ਨਜ਼ਰ ਆ ਰਹੀ ਹੈ। ਲੋਕੀ ਕਹਿ ਰਹੇ ਹੈ ਕਿ ਜੀ ਅਸੀਂ ਤਾਂ ਪਿਛਲੀਆਂ ਵੋਟਾਂ ਵੀ ਦੇਖਾਂਗੇ, ਪਿਛਲੀਆਂ ਸਰਕਾਰਾਂ ਵੀ ਦੇਖਾਂਗੇ, ਪੋਰਟਫੋਲੀਓ ਵੀ ਚੈੱਕ ਕੇਂਦਰ ਸਰਕਾਰ ਵੀ ਦੇਖਾਂਗੇ, ਸੂਬਾ ਸਰਕਾਰ ਵੀ ਦੇਖਾਂਗੇ। ਯਾਨੀ ਕਿ ਲੋਕਾਂ ਦਾ ਇਹ ਨਹੀਂ ਗਾ ਕਹਿ ਸਕਦੇ ਕਿ ਇੱਕ ਪਾਰਟੀ ਵੱਲ ਨੂੰ ਰੁਝਾਨ ਹੈ, ਲੋਕੀ ਕਹਿੰਦੇ ਅਸੀਂ ਸਾਰੀਆਂ ਪਾਰਟੀਆਂ ਦੇਖ ਵੀ ਲਈਆਂ, ਦੇਖਾਂਗੇ ਵੀ ਮਸਲੇ ਵੀ ਹੱਲ ਕਰਾਂਗੇ। ਹੁਣ ਅਸੀਂ ਚੱਲਾਂਗੇ ਕਿਸੇ ਹੋਰ ਵਿਧਾਨ ਸਭਾ ਹਲਕਾ, ਜਿਹੜਾ ਕਹਿ ਸਕਦੇ ਹਾਂ ਪਟਿਆਲਾ ਲੋਕ ਸਭਾ ਹਲਕੇ ਦੇ ਨਾਲ ਸੰਬੰਧ ਰੱਖਦਾ ਹੋਵੇਗਾ, ਉਸ ਦੇ ਵਿੱਚ ਜਾ ਕੇ ਲੋਕਾਂ ਤੋਂ ਜਾਣਾਂਗੇ ਕਿ ਲੋਕਾਂ ਦੇ ਕੀ ਵਿਚਾਰ ਨੇ, ਕਿਹੜੇ ਮੁੱਦੇ ਨੇ, ਕਿੰਨਾ ਮੁੱਦਿਆਂ ਤੇ ਸਰਕਾਰ ਖਾਸ ਤੌਰ ਤੇ ਖਰੀ ਉਤਰੀ ਆ, ਜਾ ਕੇ ਸਕਦੇ ਕਿਹੜੇ ਮੁੱਦੇ ਨੇ ਜਿਨ੍ਹਾਂ ਤੇ ਲੋਕਾਂ ਨੂੰ ਉਮੀਦਾਂ ਸੀ ਕਿ ਸਰਕਾਰ ਖਰੀ ਉਤਰੇਗੀ, ਪਰ ਖਰੀ ਨਹੀਂ ਉਤਰੀ। ਹੁਣ ਮੈਨੂੰ ਦਿਓ ਇਜਾਜ਼ਤ, ਮੇਰੇ ਨਾਲ ਮੇਰੇ ਸਹਿਯੋਗੀ ਪਵਿੱਤਰਪ੍ਰੀਤ ਕੌਰ, ਮੇਰੇ ਸਹਿਯੋਗੀ ਗੁਰਜੰਟ ਸਿੰਘ, ਜੀ ਮੀਡੀਆ ਪਟਿਆਲਾ ਘਨੌਰ ਵਿਧਾਨ ਸਭਾ ਹਲਕਾ।